ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀਅਰ ਸਟੂਡੈਂਟਸ ਵੈਲਕਮ ਇਨ ਸੰਥਿਆ ਕਲਾਸ ਬੱਚੇ ਅੱਜ ਅਸੀਂ ਜਪਜੀ ਸਾਹਿਬ ਦੀ 17ਵੀਂ ਅਤੇ 18ਵੀਂ ਪੌੜੀ ਪੜਾਂਗੇ ਇਹ ਦੋਨੋਂ ਪੌੜੀਆਂ ਅਸੀਂ ਇਕੱਠੀ ਹੀ ਪੜਾਂਗੇ ਕਿਉਂਕਿ ਇਹ ਦੋਨੋਂ ਇੱਕ ਦੂਜੇ ਨਾਲ ਰਿਲੇਟਡ ਨੇ ਸੋ ਇੰਨਾ ਵਿੱਚ ਗੁਰੂ ਸਾਹਿਬ ਦੱਸਦੇ ਨੇ ਕਿ ਪਰਮਾਤਮਾ ਦੀ ਬਣਾਈ ਇਸ ਦੁਨੀਆ ਵਿੱਚ ਕਿਹੋ ਜਿਹੇ ਲੋਕ ਰਹਿੰਦੇ ਨੇ ਚੰਗੇ ਵੀ ਨੇ ਤੇ ਮਾੜੇ ਵੀ ਪਲਸਟਾਰਟ ਅਸੰਖ ਜਪ ਅਸੰਖ ਪਾਓ ਇੱਥੇ ਜੋ ਸ਼ਬਦ ਹੈ ਅਸੰਖ ਅਸੰਖ ਦਾ ਅਰਥ ਹੈ ਅਨੇਕਾਂ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਅਸੰਖ ਜਪ ਇਸ ਦੁਨੀਆ ਵਿੱਚ ਅਨੇਕਾਂ ਹੀ ਅਜਿਹੇ ਲੋਕ ਨੇ ਜੋ ਪਰਮਾਤਮਾ ਨੂੰ ਜਪਦੇ ਨੇ ਅਸੰਖ ਪਾਓ ਅਨੇਕਾਂ ਹੀ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਨੇ ਅਸੰਖ ਪੂਜਾ ਅਸੰਖ ਤਪ ਤਾਓ ਅਨੇਕਾਂ ਹੀ ਪਰਮਾਤਮਾ ਦੀ ਪੂਜਾ ਕਰਦੇ ਨੇ ਤੇ ਕਿੰਨੇ ਹੀ ਤੌਪ ਕਰਦੇ ਨੇ ਅ ਸੰਖ ਗ੍ਰੰਥ ਮੁਖ ਵੇਦ ਪਾਠ अनेका ਹੀ ਆਪਣੇ ਮੂਹ ਤੋਂ ਗ੍ਰੰਥਾਂ ਦਾ ਪਾਠ ਕਰਦੇ ਨੇ ਅ ਸੰਖ ਜੋਗ ਮਨ ਰਹਿ ਉਦਾਸ अनेका ਹੀ ਲੋਕ ਦੁਨੀਆ ਵੱਲੋਂ ਉਦਾਸ ਹੋ ਕੇ ਘਰ-ਬਾਰ ਛੱਡ ਕੇ ਜੋਗੀ ਬਣ ਗਏ ਨੇ ਅ ਸੰਖ ਭਗਤ ਗੁਣ ਗਿਆਨ ਵਿਚਾਰ अनेका ਹੀ ਭਗਤ ਨੇ ਜੋ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਅ ਸੰਖ ਸਤੀ ਅਸੰਖ ਦਾਤਾਰ ਅਨੇਕਾਂ ਹੀ ਸਤੀ ਨੇ ਤੇ ਅਨੇਕਾਂ ਹੀ ਦਾਨ ਦੇਣ ਵਾਲੇ ਨੇ ਦਾਨੀ ਨੇ ਅਸੰਖ ਸੂਰਮਹ ਭਖਸਾਰ ਸੂਰਮੇ ਸੂਰਮੇ ਅਨੇਕਾਂ ਹੀ ਸੂਰਮੇ ਨੇ ਬਹਾਦਰ ਲੋਕ ਨੇ ਜੋ ਹਥਿਆਰਾਂ ਦੇ ਵਾਰ ਆਪਣੇ ਮੂੰਹ ਤੇ ਸਹੰਦੇ ਨੇ ਅਸੰਖ ਮੋਨ ਲਿਵਲਾਏ ਤਾਰ ਅਨੇਕਾਂ ਹੀ ਮੋਨੀ ਨੇ ਭਗਤੀ ਕਰਨ ਵਾਲੇ ਨੇ ਜੋ ਪਰਮਾਤਮਾ ਨਾਲ ਸੁਰਤ ਜੋੜਦੇ ਨੇ ਕੁਦਰਤ ਕਵਣ ਕਹਾ ਵਿਚਾਰ ਗੁਰਸਬ ਕਹਿੰਦੇ ਹੈ ਪ੍ਰਮਾਤਮਾ ਦੁਨੀਆ ਵਿੱਚ ਇੰਨੀ ਤਰ੍ਹਾਂ ਦੇ ਲੋਕ ਨੇ ਪਰ ਫਿਰ ਵੀ ਸਦੀ ਵਿਚਾਰ ਨਹੀਂ ਕੀਤੀ ਜਾ ਸਕਦੀ ਵਾਰਿਆਂ ਨ ਜਾਵਾ ਏਕ ਵਾਰ ਮੈਂ ਤਾਂ ਤੇਰੀ ਬਣਾਈ ਕੁਦਰਤ ਤੋਂ ਇੱਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ ਜੋ ਤੁਦ ਭਾਵੈ ਸਾਈ ਪਲੀਕਾਰ ਹੈ ਪ੍ਰਮਾਤਮਾ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਹਮੇਸ਼ਾ ਸਲਾਮਤ ਰਹਿਣ ਵਾਲਾ ਹੈ ਹੁਣ ਅਸੀਂ ਅਗਲੀ ਪੌੜੀ ਪੜਾਂਗੇ ਤੇ ਇਹਨਾਂ ਦੋਨਾਂ ਪੌੜੀਆਂ ਦਾ ਬਾਅਦ ਵਿੱਚ ਇਕੱਠਾ ਉਚਾਰਨ ਕਰਾਂਗੇ ਨੈਕਸਟ ਪੌੜੀ ਵਿੱਚ ਗੁਰੂ ਸਾਹਿਬ ਕਹਿੰਦੇ ਅਸੰਖ ਮੂਰਖ ਅੰਧਕੋਰ ਹੁਣ ਇਹ ਜੋ ਪੌੜੀ ਹੈ ਇਹਨੂੰ ਅਸੀਂ ਪਿਛਲੀ ਪੌੜੀ ਨਾਲ ਵੀ ਰਿਲੇਟ ਕਰਨਾ ਹੈ 17ਵੀਂ ਪੌੜੀ ਵਿੱਚ ਗੁਰੂ ਸਾਹਿਬ ਕਹਿੰਦੇ ਸੀ ਕਿ ਇੱਥੇ ਅਨੇਕਾਂ ਹੀ ਜਪ ਤਪ ਕਰਨ ਵਾਲੇ ਅਤੇ ਗ੍ਰੰਥਾਂ ਨੂੰ ਪੜਨ ਵਾਲੇ ਲੋਕ ਨੇ ਬੜੇ ਸਿਆਣੇ ਲੋਕ ਨੇ ਪਰ ਇੱਥੇ ਉਹ ਕਹਿੰਦੇ ਨੇ ਅਸੰਖ ਮੂਰਖ ਅੰਧਕੋਰ ਉਨਾ ਗਿਆਨਵਾਨ ਲੋਕਾਂ ਦੇ ਹੁੰਦੇ ਹੋਏ ਇੱਥੇ ਅਨੇਕਾਂ ਮੂਰਖ ਲੋਕ ਵੀ ਨੇ ਜੋ ਅਗਿਆਨਤਾ ਦੇ ਹਨੇਰੇ ਵਿੱਚ ਹੀ ਰਹਿੰਦੇ ਨੇ ਅਸੰਖ ਚੋਰ ਹਰਾਮਖੋਰ ਅਨੇਕਾਂ ਹੀ ਚੋਰ ਨੇ ਤੇ ਦੂਜਿਆਂ ਦੀ ਕਮਾਈ ਵਿੱਚ ਖੋ ਕੇ ਖਾਣ ਵਾਲੇ ਨੇ ਅਸੰਖ ਅਮਰ ਕਰ ਜਾਹੇ ਜੋਰ ਉਹ ਪੌੜੀ ਵਿੱਚ ਗੁਰਸਬ ਕਹਿੰਦੇ ਸੀ ਕਿ ਅਨੇਕਾਂ ਹੀ ਲੋਕ ਦੁਨਿਆਵੀ ਸਹੂਲਤਾਂ ਨੂੰ ਛੱਡ ਕੇ ਜੋਗੀ ਬਣ ਗਏ ਨੇ ਪਰ ਇੱਥੇ ਗੁਰਸਾਹਿਬ ਕਹਿੰਦੇ ਕਿ ਅਸੰਖ ਅਮਰ ਕਰ ਜਾਹੇ ਜੋਰ ਜੋਰ ਨਾਲ ੱੱਕੇ ਨਾਲ ਦੂਜਿਆਂ ਤੇ ਕਬਜ਼ਾ ਕਰਦੇ ਨੇ ਆਪਣੀ ਤਾਕਤ ਨਾਲ ਦੁਨਿਆਵੀ ਚੀਜ਼ਾਂ ਨੂੰ ਇਕੱਠਾ ਕਰਦੇ ਨੇ ਅਸੰਖ ਗਲਵੱਡ ਹੱਤਿਆ ਕਮਾਹੇ ਅਨੇਕਾਂ ਹੀ ਅਜਿਹੇ ਲੋਕ ਨੇ ਜੋ ਦੂਜਿਆਂ ਦੀ ਹੱਤਿਆ ਕਰਦੇ ਨੇ ਦੂਜਿਆਂ ਨੂੰ ਮਾਰਦੇ ਨੇ ਅਸੰਖ ਪਾਪੀ ਪਾਪ ਕਰ ਜਾਏ ਅਨੇਕਾਂ ਹੀ ਇੱਥੇ ਪਾਪੀ ਲੋਕ ਨੇ ਜੋ ਕਈ ਤਰ੍ਹਾਂ ਦੇ ਪਾਪ ਕਰਦੇ ਨੇ ਅਸੰਖ ਕੂੜਿਆਰ ਕੂੜੇ ਫਿਰਾਹ ਅਨੇਕਾਂ ਹੀ ਝੂਠੇ ਲੋਕ ਹਮੇਸ਼ਾ ਝੂਠ ਵਿੱਚ ਹੀ ਪਏ ਰਹਿੰਦੇ ਨੇ ਅਸੰਖ ਮਲੇਸ਼ ਮਲਪਖ ਖਾਹ ਮਲੇਸ਼ ਮੀਨਸ ਗੰਦੀ ਜਾਂ ਮਾੜੀ ਬੁੱਧੀ ਵਾਲੇ ਲੋਕ ਅਨੇਕਾਂ ਹੀ ਇੱਥੇ ਗੰਦੇ ਲੋਕ ਨੇ ਜੋ ਸਾਰਾ ਦਿਨ ਗੰਦੇ ਖਿਆਲ ਜਾਂ ਗੰਦੀਆਂ ਚੀਜ਼ਾਂ ਵਿੱਚ ਹੀ ਪਏ ਰਹਿੰਦੇ ਨੇ ਅਸੰਖ ਨਿੰਦਕ ਸਿਰ ਕਰੇ ਭਾਰ ਅਨੇਕਾਂ ਹੀ ਨਿੰਦਕ ਨੇ ਜੋ ਦੂਜਿਆਂ ਬਾਰੇ ਮਾੜਾ ਬੋਲ ਕੇ ਜਾਂ ਉਹਨਾਂ ਦੀ ਨਿੰਦਿਆ ਕਰਕੇ ਉਹਨਾਂ ਦਾ ਭਾਰ ਵੀ ਆਪਣੇ ਸਿਰ ਲੈਂਦੇ ਨੇ ਨਾਨਕ ਨੀਚ ਕਹਿ ਵਿਚਾਰ ਗੁਰੂ ਨਾਨਕ ਸਾਹਿਬ ਕਹਿੰਦੇ ਕਿ हे ਪ੍ਰਮਾਤਮਾ ਮੇਰੀ ਕੀ ਹਸਤੀ ਹੈ ਕਿ ਮੈਂ ਤੇਰੀ ਕੁਦਰਤ ਦੀ ਜਾਂ ਦੁਨੀਆ ਦੀ ਵਿਚਾਰ ਕਰ ਸਕਾਂ ਵਾਰਿਆਂ ਨਾ ਜਾਵਾ ਏਕ ਵਾਰ ਮੈਂ ਤਾਂ ਇਸ ਤੋਂ ਇੱਕ ਵਾਰ ਵੀ ਬਿਲੇਹਾਰ ਨਹੀਂ ਜਾ ਸਕਦਾ ਜੋ ਤੁਦ ਭਾਵੈ ਸਾਈ ਪਲੀਕਾਰ हे ਪਰਮਾਤਮਾ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਸਹੀ ਹੈ ਤੂੰ ਸਦਾ ਸਲਾਮਤ ਨਿਰੰਕਾਰ हे ਪਰਮਾਤਮਾ ਤੂੰ ਹਮੇਸ਼ਾ ਰਹਿਣ ਵਾਲਾ ਹੈ ਸੋ ਗੁਰੂ ਸਰ ਕਹਿੰਦੇ ਨੇ ਕਿ ਪਰਮਾਤਮਾ ਦੀ ਬਣਾਈ ਇਸ ਦੁਨੀਆ ਵਿੱਚ ਅਨੇਕਾਂ ਹੀ ਚੰਗੇ ਲੋਕ ਵੀ ਨੇ ਜੋ ਪਰਮਾਤਮਾ ਨੂੰ ਪਿਆਰ ਕਰਦੇ ਨੇ ਉਹਦੇ ਨਾਲ ਜੁੜੇ ਹੋਏ ਨੇ ਤੇ ਅਨੇਕਾਂ ਹੀ ਮਾੜੇ ਲੋਕ ਵੀ ਨੇ ਜੋ ਹਮੇਸ਼ਾ ਹੀ ਵਿਕਾਰਾਂ ਵਿੱਚ ਦੂਜਿਆਂ ਦਾ ਹੱਕ ਖੋਣ ਵਿੱਚ ਲੱਗੇ ਰਹਿੰਦੇ ਨੇ ਸੋ ਇੱਥੇ ਜੇ ਭਾਈ ਲਾਲੋ ਜੀ ਵਰਗੇ ਲੋਕ ਨੇ ਜੋ ਰੁੱਖੀ ਸੁੱਕੀ ਖਾ ਕੇ ਉਹਦੇ ਵਿੱਚ ਹੀ ਗੁਜ਼ਾਰਾ ਕਰਦੇ ਨੇ ਇਮਾਨਦਾਰੀ ਦੀ ਰੋਟੀ ਕਮਾ ਕੇ ਖਾਂਦੇ ਨੇ ਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਨੇ ਤਾਂ ਉਥੇ ਨਾਲ ਹੀ ਮਲਿਕ ਭਾਗੋ ਵਰਗੇ ਵੀ ਲੋਕ ਨੇ ਇਸ ਦੁਨੀਆ ਵਿੱਚ ਜਿਹੜੇ ਹਮੇਸ਼ਾ ਦੂਜੇ ਦੇ ਹੱਕ ਦੀ ਕਮਾਈ ਖੋ ਕੇ ਖਾਂਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਮਾਨਦਾਰੀ ਨਾਲ ਕਮਾਈ ਰੋਟੀ ਵਿੱਚ ਵੀ ਦੁੱਧ ਵਰਗਾ ਸਵਾਦ ਆਂਦਾ ਹੈ ਪਰ ਜੇ ਤੁਸੀਂ ਦੂਜੇ ਦਾ ਹੱਕ ਖੋ ਕੇ ਖਾਂਦੇ ਹੋ ਤਾਂ ਉਹ ਦੂਜੇ ਦਾ ਖੂਨ ਪੀਣ ਦੇ ਬਰਾਬਰ ਹੈ ਸੋ ਚੰਗਾ ਤੇ ਮਾੜਾ ਇਹ ਸਾਰੀਆਂ ਚੀਜ਼ਾਂ ਦੁਨੀਆ 'ਚ ਨਾਲ-ਨਾਲ ਹੀ ਚਲਦੀਆਂ ਨੇ ਅਸੀਂ ਆਪਣੀ ਜ਼ਿੰਦਗੀ ਵੱਲ ਵੀ ਦੇਖੀਏ ਤਾਂ ਹਮੇਸ਼ਾ ਅਸੀਂ ਜ਼ਿੰਦਗੀ ਵਿੱਚ ਖੁਸ਼ ਹੀ ਨਹੀਂ ਰਹਿੰਦੇ ਤੇ ਹਮੇਸ਼ਾ ਦੁਖੀ ਵੀ ਨਹੀਂ ਰਹਿੰਦੇ ਜਿਸ ਕਦੇ ਸਾਨੂੰ ਸੁੱਖ ਮਿਲਿਆ ਤਾਂ ਉਹ ਸੁੱਖ ਵੀ ਹਮੇਸ਼ਾ ਰਹਿਣ ਵਾਲਾ ਨਹੀਂ ਤੇ ਜੇ ਦੁੱਖ ਮਿਲਿਆ ਤਾਂ ਉਹ ਦੁੱਖ ਵੀ ਇੱਕ ਦਿਨ ਚਲਾ ਜਾਂਦਾ ਹੈ ਸੋ ਝੂਠ ਤੋਂ ਬਿਨਾ ਸੱਚ ਦੀ ਵੀ ਕੋਈ ਯਮੀਅਤ ਨਹੀਂ ਹੈ ਸੋ ਇਹ ਚੰਗਾ ਤੇ ਮਾੜਾ ਇਹ ਦੋਨੋਂ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ ਨੇ ਨਾਊ ਯੂ ਵਿਲ ਰਿਸਾਈਡ ਥੀਸ ਟੂ ਬਾਡੀਜ਼ ਵਿਦ ਮੀ ਲੈਟਸ ਸਟਾਰਟ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੰਖ ਸੂਰ ਮੋਹਪਖਸਾਰ ਅਸੰਖ ਮੋਨ ਲਿਵਲਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹ ਜੋਰ ਅਸੰਖ ਗਲਵੜ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ